ਐਨ ਤੌਰ 'ਤੇ ਲੰਬੀ ਪਹਿਲਾਂ ਚੋਟੀ ਦਿਖਾਉਣ ਲੱਗਿਆ ਤੁਹਾਨੂੰ ਦੋਸਤੋ, ਇੱਕ ਪੂਰੀ ਜ਼ਬਰਦਸਤ ਮੋਟਾ ਮੋਟਾ ਥਣ ਲੱਗਿਆ ਪੂਰੇ ਨਿਖੜ ਮੈਂ, ਤੋਰ ਮਾੜੀ ਲੰਬੀ ਤੋਰ ਕੱਦ ਕਾਟ ਜ਼ਰੂਰ ਦਰਮਿਆਨਾ, ਪਰ ਥੱਲਿਓਂ ਦੋਸਤੋ ਥਣ ਹਵਾਨੇ ਦੀ ਪੂਰੀ ਘੈਂਟਾ ਪੂਰੀ ਦੂਰੀ 'ਤੇ ਲੱਗੇ ਨੇ। ਮੈਂ ਮੋੜ ਲਓ ਜੀ, ਚੱਲ ਚੱਲ ਲੈਣ ਕਰਾ ਦੋਸਤੋ। ਥਣ ਥਣਾਉਟ ਬਹੁਤ ਚੰਗਾ ਲੱਗਿਆ ਝੋਟੀ ਦਾ, ਇੱਧਰ ਤੋਂ ਦਿਖਾ ਦਿੰਦੇ ਹਾਂ। ਅਤੇ ਇੱਧਰ ਤੋਂ ਮੂੰਹ ਮੱਥਾ ਦੇਖ ਸਕਦੇ ਹੋ ਦੋਸਤੋ, ਬਿਲਕੁਲ ਕੁੰਡੇ ਸਿੰਘਾਂ 'ਚ ਪੂਰੀ ਸ਼ਕੀਨ ਹੈ, ਪੂਰੀ ਜ਼ਬਰਦਸਤ ਝੋਟੀ ਹੈ। ਅਤੇ ਬਾਕੀ ਡਿਟੇਲ ਆਪਾਂ ਇਹਦੀ ਬਾਈ ਨੂੰ ਪੁੱਛ ਲਾਂਗੇ ਕੀ ਗੱਲਬਾਤ ਹੈ। ਬਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ ਜੀ, ਨਾਮ ਦੱਸੋ ਜੀ ਕੀ ਆ? ਮੈਂ ਪੰਮਾ ਸਿੰਘ ਹੈ ਜੀ। ਪਿੰਡ ਕਿਹੜਾ ਜੀ? ਮਾੜੀ ਹੈ ਜੀ। ਵਪਾਰ ਦਾ ਹੀ ਕੰਮ ਆ ਬਾਈ? ਹਾਂ ਬਾਈ। ਪਹਿਲਣਾ ਝੋਟੀ ਇਹ? ਪਹਿਲਣਾ ਜੀ। ਦੰਦਾਂ 'ਚ ਕਿਵੇਂ ਆ? ਚੌਗੀ ਹੈ ਜੀ। ਚਾਰ ਦੰਦ? ਹਾਂ ਜੀ। ਕਿੰਨੇ ਕੁ ਦਿਨ ਹੋ ਗਏ ਬਾਈ ਸੂਈ ਨੂੰ? ਤੀਜਾ ਦਿਨ ਹੈ ਜੀ। ਕਿੰਨੀ ਕੁ ਪੋਲੀ ਆ ਹੁਣ? ਬੋਲੀ ਹੈਗੀ 9 ਕਿਲੋ ਮੰਗੂ। ਅੱਛਾ, 8 ਤੋਂ 9 ਦੇ ਵਿੱਚ ਹੈ। ਹਾਂ। ਕਿੰਨਾ ਕੁ ਦੁੱਧ ਕਰ ਸਕਦੀ ਆ? ਦੁੱਧ ਝੋਟੀ ਦੇ ਦਿਓ 13-14 ਲੀਟਰ ਜੀ। ਕੱਦ ਕਾਟ ਦਾ ਛੋਟਾ ਝੋਟੀ ਦਾ ਉਹ ਸ਼ਕੀਨ ਵਾਲੀ ਹੈ? ਸ਼ਕੀਨ ਵਾਲੀ ਚੰਗੀ ਕੱਟੀ ਹੈ ਜੀ। ਰੇਟ ਬਾਈ ਇਹਦਾ ਫਿਰ? ਰੇਟ 1.30 ਹੈ। ਰੇਟ ਬੜਾ ਕਰੀਆ ਨਾ ਝੋਟੀ ਛੋਟੀ ਆ? ਨਹੀਂ ਜੀ। ਹੈ ਤੈਨੂੰ ਪਤਾ ਚਿੱਟੀ ਕਿ ਝੋਟੀ ਆ ਉਹਨਾਂ ਕ ਰੇਟ ਕਰ? ਕਿੰਨਾ ਸੋਨੇ ਦਾ ਤੇ ਤੈਨੂੰ ਪਤਾ ਪਿੱਤਲ ਦਾ ਫਰਕ ਹੈ ਜੀ। ਹੈ ਸੋਨਾ ਦਾ ਹੈਗਾ ਤਾਂ ਹੀ ਤਾਂ ਇੱਡੀ ਦੂਰੋਂ ਦੇਖ ਕੇ ਵੀਡੀਓ ਬਣਾਈ ਹੈ ਜੀ। ਕਿੰਨੇ ਰੁਪਈਆ ਦੀ ਦੇ ਦੇਗਾ? ਫਿਕਸ ਰੇਟ ਐਂ ਦੱਸ ਦੇ। ਬਸ ਲਾਂਗ ਦੇ ਅੰਦਰ ਹੋ ਜੂ? ਨਹੀਂ ਹੋਣੀ ਜੀ, ਬਾਹਰ ਜਾਊ ਲਾਂਗ। ਹੈ ਲਾਂਗ ਤੋਂ ਬਾਹਰ? ਮਹਿੰਗੀ ਚੱਕ ਰੱਖੀ ਆ? ਨਹੀਂ ਨਹੀਂ ਮਹਿੰਗੀ ਨਹੀਂ ਦੇਖੀ। ਹੋਰ ਹੈ ਗੱਡੀ 14 ਲੀਟਰ ਤੋਂ ਦੇ ਦੂ ਜੀ। ਕਿੱਥੇ ਜੇ ਹੋ ਜੂ? ਕਿੰਨੀ ਕੁ ਬਾਹਰ ਹੋ ਲਾਂਗ? ਕਰਦੇ ਨੇ 10 ਦੇ ਸੁੱਤੇ। ਹੈ 10 ਤਾਂ ਜ਼ਿਆਦੇ। ਨਹੀਂ ਚੰਗੀ ਅੰਦਰ ਨਹੀਂ ਹੋਣੀ? ਅੰਦਰ ਨਹੀਂ ਹੋਣੀ, ਕਹਾਂ ਹੋਣੀ। ਅੱਛਾ ਨੰਬਰ ਬੋਲ ਦਿਓ ਆਪਣਾ। ਨੰਬਰ 95924। ਹਾਂਜੀ 74893। ਇੱਕ ਵਾਰੀ ਫਿਰ ਬੋਲ ਦਿਓ। 95924 74893। ਇੱਕ ਵਾਰੀ ਫਿਰ ਚਲਾ ਦਿਓ ਦੋਸਤੋ। ਪੂਰੀ ਜ਼ਬਰਦਸਤ ਝੋਟੀ ਹੈ, ਮੂੰਹ ਮੱਥਾ ਦੇਖ ਸਕਦੇ ਹੋ, ਬਿਲਕੁਲ ਕੁੰਡੇ ਸਿੰਘਾਂ ਜਾਏ। ਬਾਕੀ ਬਾਈ ਕਹਿੰਦਾ ਲਾਂਗ ਤੋਂ ਮਤਲਬ ਲੱਖ ਤੋਂ ਕਹਿੰਦਾ ਥੋੜ੍ਹਾ ਜਿਹਾ ਬਾਹਰ ਹੋਊਗੀ ਝੋਟੀ। ਬਾਕੀ ਦੋਸਤੋ ਸੌਦਾ ਤੁਸੀਂ ਕਰਨਾ ਫੋਨ 'ਤੇ, ਤਸੱਲੀ ਕਰ ਤੁਸੀਂ ਕਰਨੀ ਹੈ, ਨੇੜੇ ਆ ਕੇ ਜਾਨਵਰ ਦੀ ਤਸੱਲੀ ਕਰਕੇ ਖਰੀਦਣਾ ਤੁਹਾਡਾ ਫਰਜ਼ ਹੈ। ਵਾਹ ਕਮਾਲ ਹੋਈ। ਤੋਰ ਲਓ ਦੋਸਤੋ, ਜਾਣ ਵਾਲੀ ਝੋਟੀ ਆ। ਕੱਦ ਕਾਟ ਜ਼ਰੂਰ ਦਰਮਿਆਨਾ, ਪਰ ਚੌੜੇ ਢਾਂਚੇ ਦੇ, ਥਣ ਥੁਣ ਭਲੂਣ ਨੂੰ ਐਂ ਲੱਗਿਆ ਦੋਸਤੋ, ਦੂਰਾ ਥਣ ਲੱਗਿਆ ਝੋਟੀ ਨੂੰ। ਅਤੇ ਬਾਕੀ ਮੂੰਹ ਮੱਥਾ ਦਿਖਾ ਦੇਣਾ ਇੱਕ ਵਾਰੀ ਫਿਰ, ਇੱਧਰ ਤੋਂ ਪੂਰੀ ਸ਼ਕੀਨ ਆ ਦੋਸਤੋ, ਕੁੰਡੇ ਸਿੰਘਾਂ 'ਚ ਹੈ, ਪੂਰੀ ਜ਼ਬਰਦਸਤ ਝੋਟੀ ਹੈ। ਅਤੇ ਬਾਕੀ ਰੇਟ ਦੀ ਗੱਲਬਾਤ ਦੋਸਤੋ ਤੁਸੀਂ ਫਾਈਨਲ ਕਰਨੀ ਆ ਬਾਈ ਨੂੰ ਫੋਨ ਕਰਕੇ, ਬਾਈ ਨੇ ਇੱਕ ਆਈਡੀਆ ਜਿਹਾ ਦੇ ਤਾ ਵੀ ਇੱਥੇ ਜੇ ਹੋ ਜੂਗੀ ਝੋਟੀ। ਬਾਕੀ ਨੇੜੇ ਆ ਕੇ ਤਸੱਲੀ ਕਰਕੇ ਜਾਨਵਰ ਤੁਸੀਂ ਖਰੀਦਣਾ ਹੁੰਦਾ ਦੋਸਤੋ, ਨੰਬਰ ਬਾਈ ਹੋਰਾਂ ਦਾ ਸਕਰੀਨ 'ਤੇ ਲਾ ਦੂੰਗਾ ਮੈਂ, ਜਿਹਨੂੰ ਝੋਟੀ ਪਸੰਦ ਆਊਗੀ ਦੋਸਤੋ ਨੇੜੇ ਆ ਕੇ ਆਪਣੀ ਤਸੱਲੀ ਕਰਕੇ ਬਾਈ ਤੋਂ ਖਰੀਦ ਲਿਓ। ਅਤੇ ਬਾਕੀ ਅੱਗੇ ਹੋਰ ਜਾਨਵਰ ਦਿਖਾਵਾਂਗੇ ਮੋੜ ਮੰਡੀ ਦੇ, ਤੁਹਾਨੂੰ ਅੱਗੇ ਲੈ ਕੇ ਚੱਲਦੇ ਹਾਂ। ਦਿਖਾਈਏ ਇਹਨਾਂ ਦਾ ਰੌਲਾ ਪਾਈਆਂ ਨੇ। ਨਿਬੜਿਆ ਰੌਲਾ,
ਨਿਬੜ ਗਿਆ ਨਾ ਉਹਦੀ, ਕਹਿੰਦੇ ਨੇ ਕੁਛ ਤਾਂ ਦੱਸ ਜਿਹੜਾ ਕਹਿੰਦਾ ਉਹਦੇ ਲਈ ਪਰ ਇਹ ਰੌਲਾ ਨਿਬੜੀ ਚੱਠਿਆਂ ਨਾਲ ਕੀ ਸੀਨ ਹੋ ਰਿਹਾ ਨਿਬੜ ਗਿਆ ਮੱਝ ਦਾ ਰੌਲਾ ਦੀ ਆ ਮੱਝ ਦਾ ਰੌਲਾ ਸੀ ਨਿਬੜ ਗਿਆ ਕੇਸ ਦੱਸ ਕਿੰਨੇ ਦੀ ਲਈ ਕਿੰਨੇ ਦੀ ਲਈ ਜੁਲੀਆ 90,000 ਰੁਪਏ ਲਈ ਅੱਛਾ ਰੌਲਾ ਕਾਹਦਾ ਪੈ ਰਿਹਾ ਜੀ ਹੈਂ ਰੌਲਾ ਕਾਹਦਾ ਪੈ ਰਿਹਾ ਜੀ ਰੌਲਾ 500 ਕੱਟ ਕਰ ਰਹੇ ਨੇ ਕੌਣ ਕਰਦਾ ਘੱਟ ਉਹ ਛੋੜ ਨਹੀਂ ਦੇਦਾ ਆ ਨਹੀਂ ਦਿੰਦਾ ਕੌਣ ਸਾ ਕੰਮ ਹੈ ਤੇਰਾ ਨਾ ਇਧਰ ਮੇਰਾ ਯੂਪੀ ਗਾਜ਼ੀਆਬਾਦ 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 ਕੌਣ ਸਾ 200 ਥੋੜ ਦਿੰਦਾ ਜੇ 500 ਮੰਗ ਲੈ ਨਾ ਫਰਕ ਹਾਂ ਮਸੂਰੀ ਥਾਣਾ ਕਿੰਨਾ ਫਰਕ ਪੈ ਗਿਆ ਹੋ ਗਿਆ ਹੋ ਗਿਆ ਹੋ ਗਿਆ ਗਾਜ਼ੀਆਬਾਦ ਤੋਂ ਗਾਜ਼ੀਆਬਾਦ ਮਸੂਰੀ ਕਿੰਨੀਆਂ ਮੱਝਾਂ ਲੈਣੀਆਂ 4 ਲੈਣੀਆਂ ਹੋਰ ਕਿੰਨੀਆਂ ਲੈਣੀਆਂ 2 ਲੈਣੀਆਂ 6 ਕਰਨੀਆਂ ਚੱਲ ਫਿਰ ਹੋਰ ਕੁਝ ਹੋਰ ਵਧੀਆ ਹਾਂਜੀ ਮੈਂ ਚੰਗੀ ਤਰ੍ਹਾਂ ਮੈਂ ਉੱਥੇ ਰਿਹਾ ਮੈਂ ਲੈ ਲੈਣੀ ਆ ਬਾਈ ਦੇਖੋ ਦੋਸਤੋ ਲਾਣੇਦਾਰ ਕਹਿੰਦਾ 1.5 ਲੱਖ ਦੀ ਵਿਕ ਜੂਗੀ ਲਿਖਾਈ ਕਿੰਨੀ ਚੱਲਦੀ ਆ ਮੰਡੀ ਦੇ ਇੱਕ ਮੱਝ ਦੀ 1700 1000 ਨਹੀਂ ਸੀ ਪਹਿਲਾਂ ਪਹਿਲਾਂ ਹੈਗਾ ਜੀ ਵਧਾ ਦਿਆ ਕਦੋਂ ਤੋਂ ਮੰਡੀਆਂ ਹੋ ਗਈਆਂ ਕਾਹ ਮੰਡੀ ਪਬਲਿਕ ਅੱਛਾ ਮੰਡੀ ਮੰਡੀ ਆ ਮੱਝ ਦਾ ਰੌਲਾ ਜੀ ਬਈ ਨਿਬੜ ਗਿਆ ਸਾਰਾ ਮੰਡੀ ਆਤੇ ਹੈ ਹਰ ਮੰਡੀ ਆਤੇ ਹੈ ਫਤਿਆਬਾਦ ਵੀ ਹੈ ਨਾ ਹੁਣ ਫਤਿਆਬਾਦ ਵੀ ਆਤੇ ਹੈ ਮੋੜ ਵੀ ਮਾਨਸਾ ਇਹ ਮੰਡੀ ਕਰਦੇ ਠੀਕ ਹੈ ਇਹਦਾ ਮੁੰਡਾ ਸੁਲੀਨ ਦਾ